ਲੁਧਿਆਣਾ, ਸਾਹਨੇਵਾਲ। ਅੱਜ 3 ਦਿਨ ਲਈ ਅੰਤਰਰਾਸ਼ਟਰੀ ਖੇਤੀਬਾੜੀ ਮਸ਼ੀਨਰੀ ਅਤੇ ਡੇਅਰੀ ਟੈਕਨੋਲੋਜੀ ਪ੍ਰਦਰਸ਼ਨੀ 19, 20 ਅਤੇ 21 ਜਨਵਰੀ 2024 ਨੂੰ ਲੱਗ ਰਹੀ ਹੈ, ਜਿਸ ਦਾ ਅੱਜ ਪਹਿਲਾ ਦਿਨ ਹੈ। ਸਭ ਤੋਂ ਪਹਿਲਾਂ ਇਹ ਰਜਿਸਟ੍ਰੇਸ਼ਨ ਡੈਸਕ ਹੈ, ਜਿੱਥੇ ਵੈਲਕਮ ਕੀਤਾ ਜਾਂਦਾ ਔਰ ਆਏ ਹੋਏ ਫਾਰਮਰ ਔਰ ਵਿਜ਼ਟਰ, ਡੀਲਰ, ਡਿਸਟ੍ਰੀਬਿਊਟਰ, ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਬਹੁਤ ਵੱਡੇ ਵੱਡੇ ਹਾਲ ਬਣਾਏ ਹੋਏ ਨੇ, ਇਹ ਹਾਲ ਨੰਬਰ 1 ਹੈ। ਇਸੇ ਤਰ੍ਹਾਂ ਹੀ ਹਾਲ ਨੰਬਰ ਇਸ ਤੋਂ ਅੱਗੇ 2 ਹੈ ਔਰ ਉਸ ਤੋਂ ਅੱਗੇ ਫਿਰ ਕਾਫੀ ਦੂਰ ਤੱਕ ਐਗਜੀਬਿਸ਼ਨ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਹਾਲ ਨੰਬਰ 1 ਦੇ ਵਿੱਚ ਅਨੰਦ ਟਰੈਕਟਰ ਐਂਡ ਮੋਟਰਸ। ਇਹ ਭਾਰਤ ਚਾਰਾ ਕਟਰ ਅਤੇ ਟਰਾਲੀ ਲੋਡਰ ਇਹ ਮੋਗੇ ਤੋਂ ਲੈ ਕੇ ਆਏ ਹੋਏ ਨੇ। ਰਿਪਰ ਹੈ, ਗੁਜਰਾਲ ਪੋਲੀਮੀਟਰਸ, ਇਹ ਪਟਿਆਲੇ ਤੋਂ ਹੈ, ਇਹ ਵੀ ਟਰੈਕਟਰ ਪਾਰਟ ਨੇ। ਅੱਜ ਪਹਿਲਾ ਦਿਨ ਹੈ ਜੀ, ਬਿਲਕੁਲ ਜੀ। ਕੀ ਕਹਿਣਾ ਚਾਹੁੰਦੇ ਹੋ ਸਰ, ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਹੋ ਤੁਸੀਂ? ਦੇਖੋ, ਅਸੀਂ ਪ੍ਰੋਡਕਟਸ ਬਣਾਉਂਦੇ ਹਾਂ ਜੀ, PTO ਸ਼ਾਫਟ ਦੇ ਕਵਰਸ ਅਤੇ ਹਿੰਦੁਸਤਾਨ ਦੀ ਸਭ ਤੋਂ ਮੈਕਸੀਮਮ ਰੇਂਜ ਹੈ ਸਾਡੀ। ਸਾਡੇ ਜਿੰਨੀ ਰੇਂਜ ਕਿਸੇ ਕੰਪਨੀ ਕੋਲ ਨਹੀਂ ਹੈ ਔਰ ਇਹਦੇ ਵਿੱਚ OEMs ਵੀ ਲੈਂਦੇ ਹੈ, ਰੈਟਰੋ ਮਾਰਕੀਟ 'ਚ ਵੀ ਜਾਂਦਾ ਹੈਗਾ, ਬਾਕੀ ਹਰ ਤਰ੍ਹਾਂ ਦੇ ਹੈਗੇ ਆ। ਔਰ ਸ਼ਾਫਟ ਸਾਡੀ 7 ਇੰਚ ਦੇ ਹੀ ਲੈ ਕੇ ਅਸੀਂ 7 ਫੁੱਟ ਤੱਕ ਦੀ ਸ਼ਾਫਟ ਦੇ ਕਵਰ ਸਾਡੇ ਕੋਲ ਹਾਜ਼ਰ ਹੈਗੇ। ਉਸ ਤੋਂ ਬਾਅਦ ਅਸੀਂ ਪ੍ਰੀ ਟਰੈਕਟਰ ਦੇ ਹੈੱਡਲਾਈਟ ਬੇਜ਼ਲ ਅਤੇ ਉਹਦੇ ਡੈਸ਼ਬੋਰਡ ਵੀ ਬਣਾਉਂਦੇ ਹਾਂ, ਕਰਤਾਰ ਟਰੈਕਟਰ ਦੇ ਵੀ ਇਸ ਲਈ ਪਾਰਟਸ ਬਣਾਉਂਦੇ ਹਾਂ ਅਸੀਂ। ਬਾਕੀ ਸਾਡਾ ਡੇਅਰੀ ਦੇ ਵਿੱਚ ਵੀ ਰਿਲੇਟਡ ਸਾਡੇ ਪ੍ਰੋਡਕਟਸ ਹੈ, ਫਾਵੜਾ ਹੈਗਾ ਪਲਾਸਟਿਕ ਦਾ, ਸਾਡਾ ਪੇਟੈਂਟ ਹੈਗਾ ਉਸਦੇ ਵਿੱਚ। ਹਿੰਦੁਸਤਾਨ 'ਚ ਪਲਾਸਟਿਕ ਦਾ ਫਾਵੜਾ ਸਭ ਤੋਂ ਪਹਿਲਾਂ ਅਸੀਂ ਬਣਾਇਆ ਸੀ ਔਰ ਇਹ 2013 ਤੋਂ ਕਰ ਰਹੇ ਔਰ ਕਈ ਲੱਖ ਪੀਸ ਵੇਚ ਚੁੱਕੇ ਹੋਏ ਆ, ਜਿਸ ਦੇ ਵਿੱਚ ਕਿ ਲੋਹੇ ਨਾਲੋਂ ਇਹਦੀ ਲਾਈਫ ਕਈ ਗੁਣਾ ਵੱਧ ਹੈ। ਲੋਹੇ ਦੀ ਜਿਹੜੀ ਪ੍ਰੋਫੈਸ਼ਨਲ ਡੈਰੀਜ਼ ਹੈ ਉਹਦੇ ਵਿੱਚ ਲਾਈਫ ਮੈਕਸੀਮਮ 2-2.5 ਮਹੀਨੇ, ਜਿਹਦੇ ਵਿੱਚ 3-4 ਵਾਰ ਵੈਲਡਿੰਗ ਕਰਕੇ ਚਲਾਉਂਦੇ ਹਾਂ। ਸਾਡਾ ਉੱਥੇ ਹੀ ਇਹ ਫਾਵੜਾ ਜਿਹੜਾ ਹੈਗਾ ਉਹ 8-9 ਮਹੀਨੇ ਤੱਕ ਦੀ ਲਾਈਫ ਹੈ।
ਸਪੈਸ਼ਲ ਯੋਕ ਲਈ ਡਰਿੱਲ ਮਸ਼ੀਨ ਹੈ, ਕੰਪੋਨੈਂਟ ਆਇਆ ਜੀ ਯੋਕ ਵਾਲਾ, ਇਹਦੇ ਚਿੱਕੋ ਵਾਲੀ ਡਰਿੱਲ ਮਸ਼ੀਨ ਡਰਿੱਲ ਕਰਦੀ ਹੈ ਦੋਨੇ ਕੰਪੋਨੈਂਟ, ਸਪੈਸ਼ਲੀ ਪ੍ਰੋਡਕਸ਼ਨ ਹਾਈ ਕੱਢਣ ਦੇ ਲਈ ਆ ਜੀ, ਅਤੇ ਐਕੂਰੇਸੀ ਮੇਨਟੇਨ ਕਰਨੀ ਹੈ। ਇਹ ਕਿੱਥੇ ਆ ਤੁਹਾਡਾ ਮੇਨ? ਕਿੱਥੇ ਆ? ਲੁਧਿਆਣੇ ਆ ਜੀ, ਗਿਆਸਪੁਰੇ ਇੰਡਸਟਰੀ ਏਰੀਆ ਸੀ ਦੇ ਵਿੱਚ। ਠੀਕ ਹੈ ਜੀ, ਯੋਕ ਡਰਿੱਲ ਮਸ਼ੀਨ। ਹਾਂਜੀ, ਕਿਸੇ ਵੀ ਤਰ੍ਹਾਂ ਦਾ ਡਰਿੱਲ ਮਸ਼ੀਨ ਆ, ਤੁਸੀਂ ਪਿੱਛੇ ਦੇਖ ਰਹੇ ਹੋ, ਕੋਈ ਵੀ ਡਰਿਲਿੰਗ ਦੀ ਐਪਲੀਕੇਸ਼ਨ ਆ ਉਹਦੀ ਆਪਾਂ ਮਸ਼ੀਨ ਬਣਾ ਦਿੰਦੇ ਹਾਂ। ਠੀਕ ਹੈ, ਸੰਧੂ ਇੰਪਲੀਮੈਂਟਸ ਸੰਘਾਰੀਆ ਇੱਥੇ ਹਾਲਾਂ ਤਵੀਆਂ ਔਰ ਬਹੁਤ ਸਾਰੇ ਅਜਿਹੇ ਸਮਾਨ ਮਸ਼ੀਨਰੀ ਜਿਹੜੀ ਟਰੈਕਟਰਾਂ ਨਾਲ ਲੱਗਦੀ ਹੈ ਇਸ ਹਾਲ ਵਿੱਚ ਵੀ ਉਪਲਬਧ ਹੈ। ਇਹ ਸਪਰੇ ਕਰਨ ਵਾਲੇ ਟਰੈਕਟਰ ਚਾਰਲੀ ਐਗਰੀਕਲਚਰ ਮਸ਼ੀਨਰੀ, ਵੀ ਆਰ ਮੈਨੂਫੈਕਚਰਿੰਗ ਹਾਰਵੈਸਟਰ, ਬੇਸਿਕਲੀ ਵੀ ਆਰ ਇਨ ਟਰੈਕ ਹਾਰਵੈਸਟਰ, ਵੀ ਆਰ ਡੀਲਿੰਗ ਇਨ ਟਰੈਕ ਹਾਰਵੈਸਟਰ, ਵੀ ਆਰ ਹੈਵਿੰਗ ਟੂ ਮੋਡਲਸ, 90 HP ਐਂਡ 102 HP ਐਂਡ ਏ ਸੀ ਕੈਬਿਨ, ਐਂਡ ਵੀ ਆਰ ਆਲਸੋ ਪ੍ਰੋਵਾਈਡਿੰਗ ਹੈਡ ਫੀਡ ਹਾਰਵੈਸਟਰ ਵਿਚ ਇਜ਼ ਸੋਲਿਊਸ਼ਨ ਫੋਰ ਸਟਰਾ। ਐਕਚੁਲੀ ਦਿਸ ਇਜ਼ ਹਾਫ ਹੈਡ ਮਸ਼ੀਨ ਵਿਚ ਇਜ਼ ਸੋਲਵਿੰਗ ਦਾ ਫਾਰਮਰ ਪ੍ਰੋਬਲਮ ਲਾਈਕ ਸਟਾ ਐਰੀਟੀਗੇਟਸ ਪੋਲਿਊਸ਼ਨ ਕੰਪਲੇਂਟਸ ਇਨ ਦਿਸ ਹਾਫ ਫੀਡ ਮਸ਼ੀਨ ਹੋਲ ਸਟਾ ਇਜ ਕਮਿੰਗ ਬੈਕ ਐਂਡ ਵਿਚ ਇਜ ਯੂਜ ਫੋਰ ਪ੍ਰੋਡਕਸ਼ਨ ਆਫ ਇਥਨੋਲ ਐਂਡ ਅਦਰ ਪ੍ਰੋਡਕਟਸ। ਅਗਰ ਹੁਣ ਜਿਵੇਂ 3 ਦਿਨ ਐਗਜੀਬਿਸ਼ਨ ਚੱਲਣੀ ਹੈ, ਇਹਨਾਂ ਦਿਨਾਂ 'ਚ ਤੁਹਾਨੂੰ ਕੋਈ ਬੁੱਕ ਕਰਵਾ ਕੇ ਜਾਂਦਾ ਅਤੇ ਉਹਦੇ ਉੱਪਰ ਕੋਈ ਡਿਸਕਾਊਂਟ ਵੀ ਦੇ ਰਹੇ ਹੋ? ਹਾਂ, ਵੀ ਆਰ ਗਿਵਿੰਗ ਡਿਸਕਾਊਂਟ ਇਸ ਹਿੰਦੀ 'ਚ, ਦੁਬਾਰਾ ਹਿੰਦੀ 'ਚ ਤੁਹਾਨੂੰ ਸਮਝਾ ਦਿੰਦਾ ਗੱਲ। ਸਾਡੇ ਕੋਲ ਇੱਥੇ 3 ਮਾਡਲ ਹੈਗੇ ਆ ਹਾਰਵੈਸਟਰ ਦੇ, 90 HP, 102 HP ਅਤੇ AC ਕੈਬਿਨ।
ਅਤੇ ਸਾਡੇ ਕੋਲ ਹੱਥ ਹੈੱਡ ਫੀਡ ਮਸ਼ੀਨ ਵੀ ਹੈ ਜਿਹੜੀ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਦੀ ਹੈ। ਇਹਦੇ 'ਚ ਕੀ ਹੈ, ਪਿੱਛੇ ਪਰਾਲੀ ਸਬੂਤੀ ਨਿਕਲਦੀ ਹੈ, ਸਬੂਤੀ ਪਰਾਲੀ ਜਿਹੜੀ ਹੈ ਕਿਸਾਨਾਂ ਦੀ ਪਸ਼ੂਆਂ ਦੇ ਚਾਰੇ ਵਾਸਤੇ ਅਤੇ ਪੈਟਰੋਲ ਦਾ ਬਾਏ ਪ੍ਰੋਡਕਟ ਐਥਨੋਲ ਬਣਾਉਣ ਵਾਸਤੇ ਯੂਜ ਹੁੰਦਾ ਹੈ। ਅਤੇ ਇੱਥੇ ਸਾਡੇ ਇੱਥੇ ਮੇਲੇ 'ਤੇ ਮਸ਼ੀਨ ਬੁੱਕ ਕਰਾਉਣ ਵਾਸਤੇ ਅਸੀਂ 1,00,000 ਰੁਪਇਆ ਡਿਸਕਾਊਂਟ ਦੇ ਰਹੇ ਹਾਂ। ਕੋਈ ਵੀ ਮਸ਼ੀਨ ਆਪਣੇ ਇੱਥੇ ਮੇਲੇ 'ਚ ਬੁੱਕ ਕਰਾਉਂਦਾ ਹੈ, ਕੋਈ ਵੀ ਆਣ ਕੇ ਇੱਥੇ ਬੁੱਕ, ਹਾਂ ਇੱਕ ਬੁੱਕ ਕਰਾਉਂਦੇ 1,00,000 ਰੁਪਏ ਡਿਸਕਾਊਂਟ। ਥੈਂਕ ਯੂ। 23,00,000 ਰੁਪਏ ਮੇਰਾ ਰੇਟ ਹੈ ਸਰ। ਥੈਂਕ ਯੂ। ਜ਼ਰੂਰ ਆ ਕੇ ਆਪਦਾ ਟਾਈਮ ਕੱਢ ਕੇ ਇੱਥੇ ਪਹੁੰਚੋ ਅਤੇ ਵਡਮੁੱਲੀ ਜਾਣਕਾਰੀ ਪ੍ਰਾਪਤ ਕਰੋ। ਧੰਨਵਾਦ। ਸਿਰਫ 15,500 ਕੀ ਮਸ਼ੀਨ ਘਰ ਕੇ ਲਿਏ ਸਭੀ ਪ੍ਰਕਾਰ ਕੇ ਤੇਲ ਨਿਕਲ। ਇਹ ਤੇਲ ਨਿਕਲਣ ਵਾਲੀ ਹੈ। ਜਿਹੜੀਆਂ ਛੋਟੀਆਂ ਮਸ਼ੀਨਾਂ ਸੀ ਸਾਰੀਆਂ ਹਾਲ ਦੇ ਅੰਦਰ ਲਗਾਈਆਂ ਹੋਈਆਂ ਨੇ ਐਗਜੀਬਿਸ਼ਨ 'ਚ, ਔਰ ਜਿੰਨੀਆਂ ਵੀ ਵੱਡੀਆਂ ਮਸ਼ੀਨਾਂ ਨੇ ਉਹਨਾਂ ਨੂੰ ਬਾਹਰ ਡਿਸਪਲੇ ਕੀਤਾ। ਇਹ ਸਾਹਮਣੇ ਕੰਬਾਈਨਸ ਨੇ, ਨਿਊ ਗੁਰਦੀਪ ਕੰਬਾਈਨ ਹੈ, ਨਾਲ ਹੀ ਇਹਦਾ ਮਲਕੀਤ ਕੰਬਾਈਨ, ਦਸਮੇਸ਼ ਗਰੁੱਪ।
ਜੱਜ ਸਰ ਮਿਸਟਰ ਭੁਪਿੰਦਰ ਸਿੰਘ enterprises ਚਾਚੇ ਭਤੀਜੇ ਦਾ ਕੁਲਾੜ ਦਾ ਗੁੜ ਔਰਗੈਨਿਕ ਸਾਰੀਆਂ ਫਸਲਾਂ ਕੱਟੀਆਂ ਤੇ ਇਸ ਤੋਂ ਇਲਾਵਾ ਕਈਆਂ ਏਰੀਆ ਦੇ ਵਿੱਚ ਤੇਲ ਵਗੈਰਾ ਬੀਜੇ ਹੋਏ ਨੇ ਜਾਂ ਸਰੋਂ ਬੀਜੀ ਹੈ ਛੋਟੀ ਮਸ਼ੀਨ ਨਾਲ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਵਧੀਆ ਸਾਰੇ ਲੋਕ ਕਿੰਨੇ ਵੀ ਇੱਥੇ ਆਏ ਹੋਏ ਨੇ ਕਾਫੀ ਖੁਸ਼ ਨੇ ਦੇਖ ਕੇ ਕਿ ਦੁਨੀਆ ਭਰ ਦੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਹੁਣ ਹਰੇਕ ਕੰਪਨੀ ਵਾਲਾ ਆਪੋ ਆਪਣੇ ਜਿਹੜਾ ਪ੍ਰੋਡਕਟ ਹੈ ਉਹਦੇ ਬਾਰੇ ਦੱਸ ਰਹੇ ਨੇ ਇੱਥੇ ਬੁੱਕ ਕਰਵਾ ਰਹੇ ਨੇ ਨਾ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੂੰ ਕੁਛ ਡਿਸਕਾਊਂਟ ਵੀ ਦੇ ਰਹੇ ਤੁਸੀਂ ਕੋਈ ਡਿਸਕਾਊਂਟ ਦਿੰਦੇ ਹੋ ਜੇ ਤੁਹਾਨੂੰ ਅੱਜ ਕੋਈ ਆਣ ਕੇ ਬੁੱਕ ਕਰਨ ਦੀ ਠੀਕ ਹੈ ਜੀ ਥੈਂਕ ਯੂ ਬਹੁਤ ਠੀਕ ਹੈ ਜੀ ਥੈਂਕ ਯੂ ਬਹੁਤ ਬੇਸ਼ੱਕ ਅੱਜ ਐਗਜੀਬਿਸ਼ਨ ਦਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਵੀ ਬਹੁਤ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਆਪੋ ਆਪਣੇ ਪ੍ਰੋਡਕਟ ਨੂੰ ਲੈ ਕੇ ਔਰ ਕਿਸਾਨ ਵੀ ਕਾਫੀ ਉਤਸ਼ਾਹ ਦੇ ਨਾਲ ਪੂਰੀ ਦਿਲਚਸਪੀ ਦੇ ਨਾਲ ਇਹ ਸਾਰਾ ਕੁਛ ਦੇਖ ਰਹੇ ਨੇ ਜੇ ਕੇ ਟਾਇਰ ਐਗਰੀਕਲਚਰ ਦੀ ਸਾਰੀ ਹੀ ਮਸ਼ੀਨਰੀ ਦੇ ਟਾਇਰ ਇਹਨਾਂ ਕੋਲ ਉਪਲਬਧ ਨੇ ਕਰਤਾਰ ਟਰੈਕਟਰ 5137
4x4 ਕਰਤਾਰ ਟਰੈਕਟਰ। ਨਿਊ ਵਿਕਾਸ ਪ੍ਰੀਤ ਟਰੈਕਟਰ ਦੇ ਨਾਲ ਇਹ JCB ਦਾ ਕੰਮ ਕਰਦੇ ਹੈ, ਟਰਾਲੀ ਨੂੰ ਕਿਸੇ ਅਨਾਜ ਨੂੰ ਲੱਦਣਾ, ਰੇਤਾ ਲੱਦਣਾ, ਬਜਰੀ ਲੱਦਣੀ, ਇਹ ਸਾਰਾ ਕੰਮ ਇਹ ਟਰੈਕਟਰ ਨਾਲ ਲੱਗ ਕੇ ਕੀਤਾ ਜਾਂਦਾ ਔਰ ਕੀਤਾ ਜਾ ਸਕਦਾ। ਟਾਟਾ ਕੰਪਨੀ ਦੀਆਂ ਕਾਰਾਂ ਵੀ ਖੜੀਆਂ ਕੀਤੀਆਂ ਹੋਈਆਂ ਨੇ ਇਲੈਕਟ੍ਰੋਨਿਕ। ਇਹ ਸਾਈਲੇਜ ਬਣਾਉਣ ਵਾਸਤੇ ਚਾਰਿਆਂ ਦੀ ਨਾਲ ਦੀ ਨਾਲ ਕਟਾਈ ਕਰਕੇ ਟਰਾਲੀ ਦੇ ਵਿੱਚ ਇਹ ਮਸ਼ੀਨ ਪਾਈ ਜਾਂਦੀ ਹੈ। ਜਿਹਦੇ ਨਾਲ ਬਹੁਤ ਹੀ ਜਲਦੀ ਕੰਮ ਸਾਈਲੇਜ ਬਣਾਉਣ ਲਈ, ਅਚਾਰ ਬਣਾਉਣ ਲਈ, ਪਸ਼ੂਆਂ ਲਈ ਚਾਰੇ ਤੋਂ ਇਹ ਵਰਤੋਂ 'ਚ ਆਉਂਦੀ ਹੈ ਮਸ਼ੀਨ। ਇਹ ਵੱਡੀਆਂ ਮਸ਼ੀਨਾਂ ਦੇ ਜਿਵੇਂ ਕੰਬਾਈਨ ਦੇ ਟਾਇਰ ਔਰ ਟਰੈਕਟਰਾਂ ਦੇ ਸ਼ਕਤੀਮਾਨ
ਨਾਲ ਗੱਲ ਹੋਈ ਹੈ ਉਹ ਬੰਦਾ ਕਹਿੰਦਾ ਅਸੀਂ ਨਾ 21 ਤਰੀਕ ਨੂੰ ਮੁੱਲਾਪੁਰ ਆ ਰਹੇ ਹਾਂ ਆਫਿਸ, ਸਾਡੀ ਕਮੇਟੀ ਦੇ ਮੈਂਬਰ ਸਾਰੇ ਉੱਥੇ ਹੀ ਹੋਣਗੇ। मैं एजुकेशन के लिए जो है उत्तर प्रदेश से आया हूँ डिस्ट्रिक्ट हरदोई से, और मुझे यहाँ मशीनरी देख के जो है मशीनरी के बारे में जो है जानकारी हुई और अच्छी अच्छी मशीनरी देखने को मिली है और मुझे पसंद भी आई हैं कई मशीनें। आप लोगों को क्या कहना चाहते हैं? मैं जो एजुकेशन के लिए जो है जिन्होंने करवाया उसके लिए मैं धन्यवाद देना चाहता हूँ उनको कि एक ही प्लेटफार्म पर हमें जो है सारी मशीनरी देखने को मिली है, उसके लिए मैं बहुत बहुत धन्यवाद देता हूँ उनको।